ਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਬੜੀ ਮੁਸ਼ਕਤ ਕਰਦਾ ਹਾਂ, ਬੈਠ ਬੈਠ ਕੇ ਹਰ ਜਗ੍ਹਾ 'ਤੇ ਪਹੁੰਚਦਾ ਹਾਂ ਤਾਂ ਕਿ ਮੈਨੂੰ ਸਾਹ ਨਾ ਚੜ੍ਹੇ, ਪਰ ਫਿਰ ਵੀ ਸਾਹ ਇਸੇ ਲਈ ਚੜਾਇਆ ਕਿਉਂਕਿ ਮੈਂ ਅੱਜ ਪਹੁੰਚ ਚੁੱਕਾ ਗੱਲਾਂ ਬਾਤਾਂ ਕਰਨ ਵਾਸਤੇ, ਅਤੇ ਗੱਲਾਂ ਬਾਤਾਂ ਕਰਨ ਦੇ ਲਈ ਇੱਥੇ ਕਿਸੇ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਉਹ ਇਹ ਗੱਲ ਸੋਚ ਕੇ ਉੱਥੋਂ ਚਲੇ ਗਏ ਨੇ, ਕਿਉਂਕਿ ਬੋਲਦੀ ਬਣਦੀਆਂ ਗੱਲਾਂ ਦਾ ਜਵਾਬ ਕਿਸੇ ਕੋਲ ਹੈ ਹੀ ਨਹੀਂ, ਅਤੇ ਉਹ ਕਿੱਥੋਂ ਜਵਾਬ ਦੇ ਸਕਦੇ। ਅਤੇ ਇੱਧਰ ਦੋ ਜਣੇ ਸਾਡੇ ਕੋਲ ਬੈਠੇ ਨੇ, ਅਤੇ ਆਓ ਪੁੱਛਦੇ ਹਾਂ ਉਹਨਾਂ ਦਾ ਜਵਾਬ। ਹਾਏ ਮੈਮ, ਹਾਏ ਸਰ, ਹਾਏ ਸਰ, ਤੁਹਾਡਾ ਨਾਮ? ਰੋਹਿਤ। ਮੈਮ ਤੁਹਾਡਾ ਨਾਮ? ਗੀਤਾ। ਗੀਤਾ ਜੀ ਐਂਡ ਰੋਹਿਤ ਜੀ, ਸਰ ਮੇਰੇ ਪਾਸ ਇੱਕ ਛੋਟਾ ਸਾ ਕੁਐਸਚਨ ਹੈ। ਇੰਗਲਿਸ਼ ਕਾ ਕੋਈ ਇੱਕ ਐਸਾ ਵਰਡ ਹੈ ਜੋ ਗਿੱਲਾ ਹੀ ਰਹਿੰਦਾ ਹੈ 24 hours। ਗਿੱਲਾ ਹੀ ਰਹਿੰਦਾ? ਹਾਂਜੀ, ਮਤਲਬ ਗਿੱਲਾ ਹੀ ਰਹਿੰਦਾ, ਉਹ ਕਦੀ ਸੁੱਕ ਨਹੀਂ ਸਕਦਾ। ਵਟ? ਇੱਕ ਇੱਕ ਸ਼ਬਦ ABCDEFGHIJKL, ਦੱਸੋ ਐਲਫਾਬੈਟ ਕਿਹੜਾ? ਸੋਚੋ ਸਰ, ਸੋਚੋ। ਅਸੀਂ ਜਿਹੜਾ ਗਿੱਲਾ ਹੀ ਰਹਿੰਦਾ। ਵੈਸੇ ABC ਆਉਂਦੀ ਤੁਹਾਨੂੰ? ਚਲੋ ਸੁਣਾਓ। ਆਉਂਦੀ? ਸੁਣਾਉਣ ਦੀ? ਸੁਣਾ ਦਿਓ, ਮੈਨੂੰ ਨਹੀਂ ਆਉਂਦੀ ਨਾ, ਮੈਂ ਵੀ ਸਿੱਖ ਲੂੰਗਾ। ਸਾਰਿਆਂ ਨੂੰ ਆਉਂਦੀ ਅੱਜ ਕੱਲ੍ਹ? ਕਿਹਨੂੰ ਨਹੀਂ ਆਉਂਦੀ? ਮੈਨੂੰ ਨਹੀਂ ਆਉਂਦੀ। ਮੈਂ ਰੁਕੋ, ਮੈਮ ਨੂੰ ਪੁੱਛਦਾ। ਹਾਏ ਮੈਮ। ਹੈਲੋ ਮੈਮ, ਤੁਹਾਨੂੰ ਆਉਂਦੀ ਹੈ ABC? ਹਾਂਜੀ ਜ਼ਰੂਰ, ਸਭ ਕੋ ਆਉਂਦੀ ਹੈ। ਅੱਛਾ ਠੀਕ ਹੈ, ਫਿਰ ਸੁਣਾਇਓ ਫਿਰ। ABCD ਡੀ, ਦੇਖਣਾ ਕਿਹੜੀ ਹੈਗੀ ਇਹ, ਕਿਹੜੀ ਹੈਗੀ ਇਹ, ਛੋਟੀ ਹੈ ਵੱਡੀ ਹੈ? ਆਪਣੇ ਹਿਸਾਬ ਨਾਲ ਜਿਹੜੀ ਮਰਜ਼ੀ ਲਾ ਲਓ। ਅੱਛਾ ਠੀਕ ਹੈ, ਫਿਰ ਪਹਿਲਾਂ ਨਹੀਂ ਵੀ ਛੋਟੀ ਬੜੀ ਹੋਤੀ ਹੈ, ਲੇਕਿਨ ਬੋਲਣ ਮੇ ਕੋਈ ਛੋਟੀ ਬੜੀ ਨਹੀਂ ਹੈ। ਇਹ ਹੋਤੀ ਹੈ, ਦੇਖੋ ABC, ਇਹ ਹੋ ਗਈ ਬੜੀ ABCD। ਫਰਕ ਹੈ, ਬਹੁਤ ਫਰਕ ਹੈ। ਆਪ ਮੇਰੇ ਕੋਲ ਸਵਾਲ ਦਾ ਜਵਾਬ ਦਿਓ ਕਿ ਸਵਾਲ ਦਾ ਜਵਾਬ ਕਿਆ ਹੈ। ਆਈ ਡੋਨਟ ਨੋ। ਨਹੀਂ ਪਤਾ? ਓਹੋ, ਆਪਕੋ? ਆਈ ਡੋਨਟ ਨੋ। ਠੀਕ ਹੈ, ਫਿਰ ਇੱਕ ਵਾਰ ਬੋਲ ਦਿਜੀਏ ਆਏ ਹਾਏ ਚੁਟਕੀ। ਮੇਰੇ ਪਾਸ ਇੱਕ ਛੋਟਾ ਸਾ ਸਵਾਲ ਹੈ, ਉਸਕਾ ਜਵਾਬ ਦੇਂਗੀ ਆਪ? ਹਾਂਜੀ। ਇੰਗਲਿਸ਼ ਕਾ ਕੌਨ ਸਾ ਵੋ ਐਲਫਾਬੈਟ ਹੈ ਜੋ ਗੀਲਾ ਹੀ ਰਹਿਤਾ 24 hours? ਪਹਿਲੇ ਤਾਂ ਮੈਨੂੰ ਇਹ ਪਤਾ ਕਰਨਾ ਪਊਗਾ ਜਿਹੜੀ BSc ਹੈਗੀ ਹੈ ਨਾ, ਉਹ ਕਦੋਂ ਕੁ ਸ਼ੁਰੂ ਹੁੰਦੀ ਹੈ? ਜਦੋਂ ਤੱਕ ਮੈਂ ਉੱਥੇ ਪਹੁੰਚੂਗਾ ਮੈਨੂੰ ਲੱਗਦਾ ਹੈ ਕਿ ਹੋਰ ਵੀ ਚੀਜ਼ਾਂ ਸ਼ੁਰੂ ਹੋ ਜਾਣਗੀਆਂ। ਐਨੀਵੇਜ਼, ਮੈਮ ਤੁਹਾਨੂੰ ਜਵਾਬ ਪਤਾ? ਨਹੀਂ। ਤੁਹਾਨੂੰ? ਨਹੀਂ। ਥੋੜਾ ਜਿਹਾ ਸੋਚੋ, ਬੜਾ ਈਜ਼ੀ ਜਿਹਾ। ਵਾਟਰ? ਇੱਕ ਐਲਫਾਬੈਟ ਜੋ ਗੀਲਾ ਹੀ ਰਹਿਤਾ ਹੈ। ਨਹੀਂ ਪਤਾ? ਨਹੀਂ ਪਤਾ। ਓ ਨੋ, ਠੀਕ ਹੈ, ਫਿਰ ਇੱਕ ਵਾਰ ਬੋਲ ਦਿਜੀਏ ਆਏ ਹਾਏ ਚੁਟਕੀ। ਆਏ ਹਾਏ ਚੁਟਕੀ, ਆਏ ਹਾਏ ਚੁਟਕੀ। ਮੈਮ ਆਪ ਵੀ ਆਏ ਹਾਏ ਚੁਟਕੀ। ਥੈਂਕ ਯੂ ਸੋ ਮਚ ਮੈਮ, ਬਹੁਤ ਅੱਛਾ ਲੱਗਾ ਬਾਤ ਕਰਕੇ। ਥੈਂਕ ਯੂ, ਮੁਝੇ ਮਿਲ ਗਿਆ ਤਾਂ ਮੈਂ ਆਪਕੋ ਵੀ ਦੂੰਗਾ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਮਿੱਤਰ ਉਰੀ ਆਪਾਂ ਦੇ ਵਰਗੇ ਹੀ ਆ, ਪਰ ਭਾਜੀ ਫਿਰ ਵੀ ਦੇਖੋ, ਮੈਂ ਅਗਰ ਇੰਨਾ ਐਫਰਟ ਲਗਾ ਕੇ ਇੰਗਲਿਸ਼ ਦੇ ਐਲਫਾਬੈਟ ਕੱਢ ਸਕਦਾ, ਤੁਹਾਨੂੰ ਤਾਂ ਪਤਾ ਹੋਊਗਾ ਮੈਨੂੰ ਲੱਗਦਾ। ਅੱਛਾ, ਮਤਲਬ ਪਤਾ ਵੀ ਆ ਨਾਲੇ ਵੀ ਵਰਡ ਨਹੀਂ ਆਉਂਦਾ, ਫਿਰ ਵੀ ਪੰਗਾ ਜ਼ਰੂਰ ਦਵਾਉਣਾ? ਜ਼ਰੂਰੀ ਹੈ ਭਾਜੀ, ਆਪਾਂ ਪੰਜਾਬੀ ਆ, ਕਰਦੇ ਕੀ ਹਾਂ ਭਲਾ, ਥੋੜ੍ਹੇ ਬਹੁਤ ਪੰਗੇ ਜ਼ਰੂਰ ਲੈਂਦੇ। ਠੀਕ ਹੈ, ਇੰਗਲਿਸ਼ ਦਾ ਇੱਕ ਇਹੋ ਜਿਹਾ ਐਲਫਾਬੈਟ ਆ ਜਿਹੜਾ ਹਮੇਸ਼ਾ ਗਿੱਲਾ ਰਹਿੰਦਾ 24 hours? ਇੰਗਲਿਸ਼ ਦਾ ਇਹੋ ਜਿਹਾ ਐਲਫਾਬੈਟ ਆ ਜਿਹੜਾ 24 hours ਗਿੱਲਾ ਹੀ ਰਹਿੰਦਾ ਹੈ, ਮਤਲਬ ਗਿੱਲਾ ਸੀ। ਪਾਣੀ? ਨਹੀਂ, ਇੱਕ ਇੱਕ ABCDEFGH, ਇਹਨਾਂ ਚੋਂ ਇੱਕ ਜੀ। ਜੀ ਤੇ ਗਿੱਲਾ ਹੀ ਹੁੰਦਾ, ਜੀ ਤੋਂ ਗਿੱਲਾ ਪੂਰਾ ਨਹੀਂ ਬਣਾਉਣਾ, ਇੱਕੋ ਐਲਫਾਬੈਟ ਆ। ਭਾਜੀ ਦੀ ਕਿੰਨੀ ਸਕੀਮਾਂ ਬਣਦੇ, ਵੀ ਹੌਲੀ ਹੌਲੀ ਮੈਂ ਸਾਰੇ ਬੋਲ ਦੂੰਗਾ, ਉਸ ਤੋਂ ਬਾਅਦ ਆ ਜਿਹੜਾ ਆਨਸਰ ਹੋਊਗਾ ਉਹ ਤਾਂ ਦੱਸ ਹੀ ਦੇਣਾ। ਇੱਕ ਐਲਫਾਬੈਟ ਤਾਂ ਮੈਨੂੰ ਯਾਦ ਆ, ਹਾਂਜੀ, ਏ ਤੋਂ ਲੈ ਕੇ ਜ਼ੈਡ ਦੇ ਵਿੱਚ ਵਿੱਚ ਆਉਂਦਾ ਉਹ।
ਬੜੇ ਸਕੀਮੀ ਹੋ ਭਾਜੀ, ਮੈਨੂੰ ਲੱਗਦਾ ਤੁਹਾਨੂੰ ਗਾਣਾ ਗੁਣਾ ਵੀ ਆਉਂਦਾ ਪੱਕਾ ਭਾਜੀ। ਗਾਣਾ ਗੁਣਾ ਤਾਂ ਨਹੀਂ ਆਉਂਦਾ, ਸ਼ੇਰ ਆਉਂਦਾ ਹੋਏਗਾ, ਬਟ ਏ ਤੋਂ ਲੈ ਕੇ ਜ਼ੈਡ ਦੇ ਵਿੱਚ ਪੱਕਾ ਆਉਂਦਾ। ਆਉਂਦਾ ਨਾ ਮੈਨੂੰ ਦੱਸ ਦਿਓ, ਮੈਂ ਜਿੱਤ ਗਿਆ ਨਾ ਜਵਾਬ ਦੇਵਾਂਗਾ, ਪਰ ਕਿਸੇ ਹੋਰ ਤੋਂ ਪੁੱਛ ਕੇ। ਇੰਨੀ ਮਿਹਨਤ ਕਰਦਾ ਆ ਪਰ ਮੈਨੂੰ ਲੱਗਦਾ ਨੀ ਕੋਈ ਮੈਨੂੰ ਪੁੱਛਦਾ ਹੋਏ। ਓ ਹੈਲੋ ਭਾਜੀ, ਕੀ ਹਾਲ ਚਾਲ ਭਾਜੀ? ਕੀ ਹਾਲ ਚਾਲ? ਕੀ ਹਾਲ ਚਾਲ ਭਾਜੀ? ਕੀ ਹਾਲ ਚਾਲ? ਕੀ ਨਾਮ ਹੈ ਤੁਹਾਡਾ? ਜਸ਼ਨ। ਭਾਜੀ ਤੁਹਾਡਾ? ਅਖਿਲ। ਤੁਹਾਡਾ? ਅਰਪਿਤ। ਠੀਕ ਹੈ, ਉੱਧਰ ਸਾਡੇ ਸਾਰੇ ਵਿਊਜ਼ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਦੇ ਉੱਤੇ, ਤੇ ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈ ਜਿਹਦਾ ਜਵਾਬ ਤੁਸੀਂ ਦੇਣਾ। ਅੱਛਾ, ਉਹ ਕਿਹੜਾ ਐਲਫਾਬੈਟ ਹੈ ਇੰਗਲਿਸ਼ ਦਾ ਜਿਹੜਾ ਹਮੇਸ਼ਾ ਗਿੱਲਾ ਰਹਿੰਦਾ 24 hours? ਸੋਰੀ। ਅੱਛਾ, ਸੋਰੀ ਹੈਗਾ ਜਿਹੜਾ ਗਿੱਲਾ ਹੀ ਰਹਿੰਦਾ, ਉਹ ਕਿਉਂ? ਉਹ ਹਮੇਸ਼ਾ ਗਿੱਲਾ ਹੀ ਰਹਿੰਦਾ ਕਿਉਂਕਿ ਪਤਾ ਗਲਤੀ ਕੀਤੀ ਹੈ ਤਾਂ ਗਿੱਲਾ ਹੀ ਰਹਿਣਾ। ਹੋਣਾ ਪਊਗਾ ਹੈ ਨਾ, ਕਿਆ ਬਾਤ ਹੈ ਭਾਜੀ, ਪਰ ਗਲਤ ਜੇ ਤੁਸੀਂ। ਹਾਂਜੀ, ਪਤਾ ਨਹੀਂ ਯਾਰ, ਪਤਾ ਨਹੀਂ, ਪਤਾ ਨਹੀਂ। ਓਹੋ, ਤੁਹਾਨੂੰ ਕੀ ਲੱਗਦਾ ਮੈਨੂੰ ਉੱਥੇ ਜਵਾਬ ਦੇ ਦੇਣਾ ਚਾਹੀਦਾ, ਹਾਂ ਜਾਂ ਨਾ? ਚ ਜਵਾਬ ਦਿਓ। ਜਵਾਬ ਦੇਵਾਂ? ਦੇਵਾਂ ਕਿ ਨਹੀਂ? ਕੋਈ ਜਵਾਬ ਨਹੀਂ ਆਇਆ, ਨਿਊਟਰਲ ਹੈਗੇ ਨੇ, ਮਤਲਬ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਨੌਲੇਜ ਵਧਾਉਣੀ ਨਹੀਂ ਤੁਹਾਡੀ। ਥੈਂਕ ਯੂ ਸੋ ਮਚ ਭਾਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਭਾਜੀ, ਓਕੇ, ਬਾਏ ਬਾਏ। ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ। ਹਾਏ ਮੈਮ। ਹਾਏ। ਹੈਲੋ ਮੈਮ। ਹੈਲੋ। ਅੱਛਾ, ਮੇਰੇ ਕੋਲ ਇੱਕ ਛੋਟਾ ਜਿਹਾ ਕੁਐਸਚਨ ਹੈ, ਪਰ ਉਸ ਤੋਂ ਪਹਿਲਾਂ ਵੀ ਇੱਕ ਹੋਰ ਕੁਐਸਚਨ ਹੈ। ਤੁਸੀਂ ਹਾਲੇ ਤੱਕ ਕਾਲਜ 'ਚ ਪੜ੍ਹਦੇ ਹੋ? ਨਹੀਂ। ਹਾਂਜੀ। ਨਹੀਂ ਜੀ, ਅਸੀਂ ਸਾਡੇ ਬੱਚੇ ਪੜ੍ਹਦੇ ਆ, ਬੱਚਿਆਂ ਨੂੰ ਇੱਥੇ ਖਿਲਾਣਾ ਸੇ ਲੈ ਕੇ ਆਏ ਆ। ਅੱਛਾ, ਮੈਂ ਬੜਾ ਕਨਫਿਊਜ਼ ਆ, ਮੈਂ ਕਿਹਾ ਕਿਆ ਬਾਤ ਹੈ, ਹਾਲੇ ਤੱਕ ਵੀ ਪੜ੍ਹਾਈ, ਮਿੱਤਰਾਂ ਦੀ ਇੱਥੇ ਹੀ ਬੱਸ ਹੋਈ ਪਈ ਅਤੇ ਤੁਸੀਂ ਬੱਸ ਹੀ ਨਹੀਂ ਕਰਦੇ ਪਏ, ਕਮਾਲ ਹੈ। ਮੇਰੇ ਕੋਲ ਇੱਕ ਛੋਟਾ ਜਿਹਾ ਕੁਐਸਚਨ ਹੈ, ਉਹਦਾ ਆਨਸਰ ਤੁਸੀਂ ਦੇਣਾ। ਕੁਐਸਚਨ ਇਹ ਆ ਕਿ ਇੰਗਲਿਸ਼ ਦਾ ਇੱਕ ਇਹੋ ਜਿਹਾ ਐਲਫਾਬੈਟ ਹੈ ਜਿਹੜਾ ਹਮੇਸ਼ਾ ਗਿੱਲਾ ਰਹਿੰਦਾ 24 hours? ਵੈਟ। ਹਾਂਜੀ, ਪਰ ਐਲਫਾਬੈਟ ਵੈਟ ਥੋੜ੍ਹਾ, ਵੈਟ ਹੀ ਰਹਿੰਦਾ। ਹਾਂ, ਮੈਨੂੰ ਤਾਂ ਪਤਾ। ਨੋ ਆਈਡੀਆ? ਨੋ 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 ਆਈਡੀਆ, ਮਤਲਬ ਕਿ ਮੇਰੇ ਜਿੰਨਾ ਇੰਟੈਲੀਜੈਂਟ ਹਾਲੇ ਤੱਕ ਕੋਈ ਨਹੀਂ ਆਇਆ, ਪਰ ਮੈਨੂੰ ਲੱਗਦਾ ਕਿ ਤੁਸੀਂ ਜਵਾਬ ਦਿਓਗੇ। ਮੈਨੂੰ ਪੂਰੀ ABCD ਪੜ੍ਹਨੀ ਪੈਣੀ ਹੈ। ਪੜ੍ਹੋ ਜਰਾ ਫਿਰ। ABCD ਕਿਹੜੀ ਹੈ? ਕਿਹੜੀ ਹੈ ABC? ਇਹ ਵੱਡੀ ਛੋਟੀ ਮਿਲਾ ਕੇ ਆ, ਮਿਕਸ ਕਰਕੇ। ਠੀਕ ਹੈ, ਠੀਕ ਹੈ। ਉਹ ਵੱਡੀ ਛੋਟੀ ਚੱਕਰ ਪੈ ਜਾਊਗਾ ਤੇ ਫਿਰ ਮੈਂ ਦੁਬਾਰਾ ਸਕੂਲ ਐਡਮਿਸ਼ਨ ਲੈਣਾ ਪਊਗਾ। DEFGHIJKLMNOPQRSTUVWXYZ ਕਿਹੜਾ ਹੈ ਗਿੱਲਾ? ਲੱਗਾ ਤੁਹਾਡਾ ਮੂੰਹ ਨੂੰ ਕੋਈ ਗਿੱਲਾ ਜਿਹਾ? ਪੂਰੀ ABCD ਗਿੱਲੀ ਹੈ, ਉਦਾਂ ਤਾਂ ਗਿੱਲੀ ਹੈ ਸਾਰੀ। ਤੁਹਾਨੂੰ ਲੱਗਾ ਨਹੀਂ, ਪੂਰੇ ਐਲਫਾਬੈਟ 'ਚ ਗਿੱਲੇ ਤੁਹਾਨੂੰ? ਚਲੋ ਠੀਕ ਹੈ ਫਿਰ, ਐਂਡ ਫਿਲਹਾਲ ਤਾਂ ਅਸੀਂ ਗਿੱਲੇ ਹੋਏ। ਓਹੋ, ਗਰਮੀ ਨਹੀਂ ਜ਼ਿਆਦਾ। ਵੈਲ, ਮੈਂ ਤੁਹਾਨੂੰ ਦੱਸਾਂਗਾ ਇਹਦਾ ਆਨਸਰ, ਪਰ ਉਸ ਤੋਂ ਪਹਿਲਾਂ ਤੁਹਾਨੂੰ ਕਹਿਣਾ ਪਊਗਾ ਆਏ ਹਾਏ ਚੁਟਕੀ। ਆਏ ਹਾਏ ਚੁਟਕੀ? ਤੁਸੀਂ ਵੀ ਆਏ ਹਾਏ ਚੁਟਕੀ? ਆਏ ਹਾਏ ਚੁਟਕੀ? ਤਿੰਨ ਜਣਿਆਂ ਤੋਂ ਬੇਇੱਜ਼ਤੀ ਕਰਾਈ ਹੈ ਤੇਰੀ ਮੈਂ ਅੱਜ। ਮੇਰੀ ਫਰੈਂਡ ਹੈਗੀ ਹੈ ਸਰ, ਆਪ AC 'ਚ ਬੈਠੀ ਰਹਿੰਦੀ, ਮੈਨੂੰ ਧੁੱਪੇ ਇੱਦਾਂ ਭੇਜ ਦਿੰਦੀ ਹੈ। ਚੁਟਕੀ, ਟੇਕ ਕੇਅਰ ਆਫ ਦਿਸ ਯੰਗ ਲੈਡ। ਬੋਲਤੀ ਬੰਦ, ਬੋਲਤੀ ਬੰਦ। ਮਾਈ ਨੇਮ ਇਜ਼ ਬੋਲਤੀ ਬੰਦ। ਬੰਦ ਦੀ ਬੋਲਤੀ ਬੰਦ ਦਾ ਥੋੜਾ ਧਿਆਨ ਰੱਖੋ, ਨਿੰਬੂ ਪਾਣੀ ਪਿਆਓ, ਗਰਮੀ ਬਹੁਤ ਹੈ। ਇਟਸ ਰੀਅਲੀ ਸਵੈਟਿੰਗ ਹੇਅਰ। ਬਣਾ ਕੇ ਰੱਖੀ, ਆ ਰਿਹਾ ਮੈਂ ਥੋੜੀ ਦੇਰ ਦੇ ਵਿੱਚ, ਤੇ ਇਹਦਾ ਆਨਸਰ ਹੈਗਾ ਸੀ, SEAC। ਸਮੁੰਦਰ ਹਮੇਸ਼ਾ ਗਿੱਲਾ ਹੀ ਰਹਿੰਦਾ ਸਰ। ਬਹੁਤ ਹੀ ਸਮੁੰਦਰ ਤੋਂ ਵੀ ਗਹਿਰਾ ਹੈ ਤੁਹਾਡਾ ਸਵਾਲ ਸੀਗਾ, ਜਿੱਦਾਂ ਕਿ ਅਸੀਂ ਸਵਾਲ ਦੇ ਨਹੀਂ ਪਾਏ। ਆਈ ਨੀਡ ਟੂ ਗੋ ਟੂ ਪ੍ਰੈਪਰੇਟਰੀ ਸਕੂਲ ਅਗੇਨ। ਸੋ ਥੈਂਕ ਯੂ ਸੋ ਮਚ ਸਰ, ਨਾਈਸ ਟੂ ਮੀਟ ਯੂ। ਥੈਂਕ ਯੂ ਮੈਮ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਜਿਵੇਂ ਕਿ ਕਿਸੇ ਕੋਲ ਇਹਦਾ ਜਵਾਬ ਨਹੀਂ ਮਿਲਿਆ ਤੇ ਮੈਂ ਆਪ ਆਪਣੇ ਮੂੰਹ ਤੋਂ ਜਵਾਬ ਦਿੱਤਾ, ਇਟ ਮੀਨਸ ਕਿ ਇਹਦਾ ਪ੍ਰਾਈਜ਼ ਵੀ ਮੈਨੂੰ ਹੀ ਮਿਲੇਗਾ। ਵਧੀਆ, ਸਗੋਂ ਪ੍ਰਾਈਜ਼ ਬਚਦੇ ਨੇ, ਘਰੇ ਹੀ ਜਾਂਦੇ। ਮੰਮੀ ਮੇਰੇ ਬੜੇ ਖੁਸ਼ ਹੁੰਦੇ, ਕਹਿੰਦੇ ਠੀਕ ਆ, ਕੋਈ ਨਹੀਂ ਕੰਮ ਕਰਦਾ ਤੇ ਘੱਟੋ ਘੱਟ ਇਹ ਤਾਂ ਕੰਮ ਕਰੀ ਜਾ। ਵੈਲ, ਜਿਵੇਂ ਕਿ ਹੁਣ ਵਕਤ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ, ਅਗਲੀ ਵਾਰ ਫਿਰ ਮਿਲਾਂਗਾ ਇੱਕ ਨਵੇਂ ਘੈਂਟ ਜਿਹੇ ਕੁਐਸਚਨ ਦੇ ਨਾਲ। ਪ੍ਰੈਪਰੇਸ਼ਨ ਜ਼ਰੂਰੀ ਹੈ, ਨਹੀਂ ਤਾਂ ਭਾਅ ਜੀ ਉਡਾਵਾਂਗੂ, ਤੁਹਾਨੂੰ ਵੀ ਕਹਿਣਾ ਪਊਗਾ, ਮੈਂ ਦੁਬਾਰਾ ਤੋਂ ਜਾਣਾ ਚਾਹਾਂਗਾ ਸਕੂਲੇ। ਲਓ ਜੀ, ਮਿਲਾਂਗਾ ਅਗਲੀ ਵਾਰ, ਮਿਲਦਾ ਹੁਣ ਫਿਰ ਮੈਂ, ਛੁੱਟੀ ਨਾ ਹਿਸਾਬ ਕਿਤਾਬ ਕਰਦਾ ਪਹਿਲਾਂ, ਬਾਏ। ਨਿੰਬੂ ਪਾਣੀ ਜੋ ਪੀਣਾ।